ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕਮ ਦੋਸਤੋ, ਤੁਸੀਂ ਵੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਨਾਲ ਲੱਗੀ ਵੀ ਘੰਟੀ ਦੇ ਬਟਨ ਦਬਾਓ ਤਾਂ ਕਿ ਸਾਡੀ ਯਾਰ ਨਹੀਂ ਆਉਣ ਵਾਲੀ ਵੀਡੀਓ ਸਾਡੇ ਦੋਸਤਾਂ ਵਿਆਹ ਤੱਕ ਸਭ ਤੋਂ ਪਹਿਲੇ ਤਾਂ ਬਸਾਨੀ ਪਹੁੰਚ ਸਕੇ। ਰੋਜ਼ ਇਸ ਤਰ੍ਹਾਂ ਅੱਜ ਵੀ ਤੁਹਾਡੀ ਖਿਦਮਤ 'ਚ ਇੱਕ ਤੀਜਨ ਵੈਟ ਦੀ ਵੀਡੀਓ ਲੈ ਕੇ ਆਏ ਜਨਾਬ। ਤੀਸਰਾ ਸੁਬਾਹ ਨੇ ਸੋਣਾ ਹੈ, ਸੂਹ ਜਨਾਬ ਅਜੇ 10-12 ਦਿਨ ਲੈਂਦੀ ਹੈ। ਸਭ ਤੋਂ ਪਹਿਲੇ ਮੇਰਾ ਕੈਮਰਾਮੈਨ ਤੁਹਾਨੂੰ ਵੈਟ ਵਿਖਾਏਗਾ ਅਤੇ ਮਜ਼ੀਦ ਗੱਲਬਾਤ ਪੁੱਛਾਂਗੇ ਜੀ ਮਾਲਕਾਂ ਕੋਲੋਂ। ਕੈਮਰਾਮੈਨ ਸਾਹਿਬ ਵੈਟ ਵਿਖਾਓ। ਮਾਸ਼ਾਅੱਲਾ ਜੀ, ਆਹ ਵੈਡ ਜਨਾਬ, ਤੀਸਰਾ ਜਨਾਬ ਇਹਨੇ ਸੁਬਾਹ ਸੋਣਾ ਹੈ। ਮਾਸ਼ਾਅੱਲਾ, ਵਾਨੇ ਦਾ ਘਰ ਜਨਾਬ ਬੜਾ ਸੋਹਣਾ ਬਣਾਈ ਖੜੀ ਹੈ ਜੀ। ਕੱਚੀ ਦੇ ਵਾਹਵਾ ਕੱਢਦੀ, ਮਾਲਕ ਕੋਲ ਪੁੱਛਾਂਗੇ ਕਿੰਨੇ ਦਿਨ ਲੈਂਦੀ ਹੈ ਪੱਕੇ ਸੂਹ 'ਚੋਂ। ਮਾਸ਼ਾਅੱਲਾ, ਮੁੱਠ ਬਾਰ ਥਾਣ ਲੱਗਿਆ ਹੋਇਆ ਜਨਾਬ, ਪਾਵਰ ਵਾਲਾ ਪੂਰੀਆਂ ਵਿਰਲਾਂ 'ਤੇ ਪੂਰੀ ਗਿੱਟ ਗਿੱਟ ਵਿਰਲੇ ਜਨਾਬ, ਤੁਸੀਂ ਵੇਖ ਰਹੇ ਜੇ। ਮਾਸ਼ਾਅੱਲਾ ਜੀ, ਇਹ ਜਨਾਬ ਕੱਚੀ ਦੇ ਕੱਢਦੀ ਹੈ। ਮਾਸ਼ਾਅੱਲਾ, ਨਸਲਦਾਤ ਵਾਲੀ ਜਨਾਬ, ਕੱਦ ਸ਼ਾਨ ਵਾਲੀ ਵਿਹੜੇ ਜਿਹੀ ਡੀਆ ਜਨਾਬ, ਤੁਸੀਂ ਵੇਖ ਰਹੇ ਜੇ। ਮਾਸ਼ਾਅੱਲਾ ਜੀ, ਭਾਅ ਜੀ ਨੇ ਛੱਡਿਆ ਥੋੜ੍ਹਾ ਟੁਰਿਆ ਜੀ, ਚਾਰ ਚਾਰ ਉਂਗਲ ਸਿੰਘ ਜਨਾਬ ਬੈਠਣ ਲੱਗਿਆ। ਨਸਲਦਾਤ ਵਾਲੀ ਜਨਾਬ, ਵੇਲ ਸ਼ੇਲ ਵਾਲੀ ਮੋਟੀ ਤਾਜ਼ੀ ਹੈ। ਤੀਸਰਾ ਜਨਾਬ ਇਹਨੇ ਸੁਬਾਹ ਸੋਣਾ ਹੈ, ਪੱਕਾ ਅਤੇ ਜੈਨਮੈਨ। ਬਾਕੀ ਜੋ ਵੀ ਹਿਸਾਬ ਕਿਤਾਬ ਹੈ ਕੈਮਰੇ ਦੀ ਨਜ਼ਰ ਜਨਾਬ, ਜਰਸੀ ਅਤੇ ਫਰੀਦਨ 'ਚ ਕਰਾਸ ਹੈ। ਮਾਸ਼ਾਅੱਲਾ, ਆਲਾ ਕੁਆਲਿਟੀ ਦੇ ਜਾਨਵਰ ਮਿਲਦੇ ਨੇ ਜਨਾਬ ਅਨਮੋਲ ਪੰਜਾਬ ਟੀਵੀ 'ਤੇ। ਇਹ ਜਨਾਬ ਆ ਕੱਚੀ ਪਈ ਹੈ, ਤੁਸੀਂ ਵੇਖ ਰਹੇ ਜੇ, ਵੱਧਰ ਉੱਧਰ ਭਰੇ ਦੀ ਮੁੜ ਜਾ ਕੇ ਸੂਹੇ ਦੀ ਜਨਾਬ ਜੀ ਕੱਚੀ। ਮਾਸ਼ਾਅੱਲਾ, ਸੀਲ ਦੇ ਸ਼ਰਾਖ ਹੈ ਜਨਾਬ। ਲੈ ਚੱਲ ਮਾਸ਼ਾਅੱਲਾ, ਕੱਦ ਸ਼ਾਨ ਵਾਲੀ ਜਨਾਬ, ਵੇਲ ਸ਼ੇਲ ਵਾਲੀ। ਤਸੱਲੀਆਂ ਕਰਾ ਦਿਓ ਕੈਮਰਾਮੈਨ ਸਾਹਿਬ, ਜਾਨਵਰ ਰੁਖਾਵਣ ਦੇ ਵਿੱਚ ਕੋਈ ਕਮੀ ਪੇਸ਼ ਨਹੀਂ ਰਹਿਣੀ ਚਾਹੀਦੀ। ਬਹੁਤ ਜਨਾਬ, ਖੂਬਸੂਰਤੀ ਵੱਲੋਂ ਕੋਈ ਕਮੀ ਨਹੀਂ। ਅਜੇ ਜਨਾਬ ਕੱਚੀ ਦੇ ਵਾਹਵਾ ਖੜਦੀ। ਮਾਸ਼ਾਅੱਲਾ, ਵੱਟ ਸ਼ੱਟ ਜਨਾਬ ਬਣੇ ਸਾਰੇ ਬਾਹਰ ਜਾ ਸੀ ਦੀ ਥੱਬੇ ਲਾ ਜਾਂਦੀ, ਮਾਲਕ ਕਹਿੰਦੇ ਨਿਕਲੇ ਤਿਆਰ ਹੁੰਦੀ ਆ, ਚੈੱਕ ਕਰ ਲਓ ਵੱਧਰ ਜਨਾਬ ਦੇ ਕਿੰਨੇ ਖੁੱਲੇ ਲਈ ਕਰ। ਮਾਸ਼ਾਅੱਲਾ, ਤੀਸਰਾ ਜਨਾਬ ਇਹਨੇ ਸੁਬਾਹ ਸੋਣਾ, ਮਾਲਕਾਂ ਕੋਲ ਪੁੱਛਣਾ ਕਿੰਨੇ ਪੱਕੇ ਦੇ ਕੱਢਦੀ ਹੈ ਅਤੇ ਕੀ ਰਿਕਾਰਡ ਸੀ ਦੁੱਧ ਦਾ ਵੀ। ਲੋਕੇਸ਼ਨ ਵੀਰਾਂ ਦੱਸਦਾ ਜਾਵਾਂ, ਜ਼ਿਲ੍ਹਾ ਵਕੜਾ, ਤਹਿਸੀਲ ਪਾਲਕੋਟ ਹੈ ਲੋਕੇਸ਼ਨ ਹੈ। ਲਓ ਬਾਈ ਜਾਨ ਵੈਡ ਲਈ ਵੇਸਤ, ਹੁਣ ਗੱਲਬਾਤ ਪੁੱਛਣੀ ਹੈ ਜੀ ਮਾਲਕ ਕੋਲੋਂ, ਕੀ ਇਹਦੀ ਪਿਆਰ ਦੀ ਡਿਮਾਂਡ ਕਰਦੇ ਨੇ ਅਤੇ ਕੀ ਹਿਸਾਬ ਕਿਤਾਬ ਹੈ। ਇਹ ਜਨਾਬ ਮਾਲਕਾਂ ਦੀ ਜ਼ਬਾਨੀ ਸੁਣਨੇ ਆ। ਅਸਲਾਮੁ ਅਲੈਕਮ ਜੀ। ਵਾਲੇਕਮ ਸਲਾਮ ਜੀ, ਕੀ ਹਾਲ ਚਾਲ ਨੇ? ਅੱਲਾਹ ਦਾ ਕਰਮ ਜੀ, ਸ਼ੁਕਰ ਕੀ ਹਾਲ ਨੇ? ਲੇਕਿਨ ਵੈਡ ਦਾ ਭਾਈ ਪੱਕਾ ਜਾਣ ਮੈਨੂੰ ਕਿੰਨਵਾਂ ਸੁਬਾਹ ਸੋਣਾ? ਤੀਜਾ, ਤੀਸਰਾ ਸੁਬਾਹ ਸੋਣਾ, ਠੀਕ ਹੋ ਗਿਆ। ਪਿਛਲੇ ਸਮੇਂ ਦਾ ਕੀ ਰਿਕਾਰਡ ਸੀ? 22 ਕਿਲੋ ਦੁੱਧ ਕਰਦੇ ਰਹੀ, 22 ਕਿਲੋ ਕਰਦੇ ਰਹੀ, ਠੀਕ। ਪੱਕਾ ਗਰੰਟੀ, ਪੱਕਾ ਦੁੱਧ ਕਰਦੀ ਰਹੀ ਇਨਸ਼ਾਅੱਲਾ, ਠੀਕ ਹੋ ਗਿਆ। ਅੱਛਾ, ਹੁਣੇ ਪੱਕੇ ਸਮੁੰਝ ਕਿੰਨੇ ਕੁ ਦਿਨ ਲੈਂਦੇ? 10-15 ਦਿਨ ਲੈ ਜਾਂਦੇ, 10-15 ਦਿਨ ਕੱਢ ਪੱਕੇ ਲੈ ਜਾਂਦੇ ਨੇ, ਠੀਕ ਹੋ ਗਿਆ। ਇਹ ਪੱਕਾ ਨੇ ਤੀਸਰਾ ਸੁਬਾਹ ਸੋਣਾ, ਹਾਂਜੀ। ਅੱਛਾ, ਇਹਦੀ ਪਿਆਰੋਂ ਦੀ ਕੀ ਡਿਮਾਂਡ? 2,30,000 ਰੁਪਇਆ। 2,30,000 ਰੁਪਇਆ, ਹਾਂਜੀ। ਡਿਮਾਂਡ ਕੋਈ ਜ਼ਿਆਦਾ ਨਹੀਂ ਦੀ? ਨਹੀਂ, ਗਾਂ ਬੜੇ ਵੱਡੇ ਜੋੜ ਦੇ ਨੇ, ਗਾਂ ਤਾਂ ਮਾਸ਼ਾਅੱਲਾ ਵੱਡੇ ਜੋੜ ਦੀ। ਮੈਂ ਕਿਸੇ ਨੇ ਵਿਖਾਈ ਵੀ ਨਾ ਸਾਰੇ, ਇੱਕ ਹੋਰ ਗੰਜਾਇਸ਼ ਕੱਢੇ ਜਾ ਬਹੁਤ ਹੀ। ਆਪਾਂ ਫਾਈਨਲ 2,20,000 ਦੇ ਰਹੇ ਹਾਂ, 2,20,000 ਰੁਪਇਆ। ਮੈਂ ਤਾਂ ਕਹਿੰਦਾ ਹੋਰ ਪਿਆਰ ਦਾ ਕੱਢ ਲਿਆ, ਚਲੋ ਕੋਈ ਆ ਗਿਆ ਤਾਂ ਮੈਂ ਕਰ ਲਾਂਗਾ। ਮੈਂ ਮੌਕੇ ਤੋਂ ਥੋੜ੍ਹੀ ਗੰਜਾਇਸ਼ ਨਹੀਂ ਕੱਢ ਲਿਆ, 5,000 ਰੁਪਇਆ ਛੱਡ ਦਿਆਂਗੇ। 2,15,000, ਠੀਕ ਹੋ ਗਿਆ। ਲਓ ਬਾਈ ਜਾਨ ਮਾਲਕਾਂ ਦਾ ਮੁੱਲ ਤੁਸੀਂ ਸੁਣ ਲਿਆ, 2,30,000 ਰੁਪਇਆ ਨੂੰ ਡਿਮਾਂਡ ਕੀਤੀ ਹੈ, ਵਿੱਚੋਂ ਜਨਾਬ ਪਿਆਰ ਬਹੁਤ ਹੋ ਜਾਏ 2,15,000 ਰੁਪਏ ਫਾਈਨਲ ਨੇ। ਅਗਰ ਇਹ ਵੈਡ ਕੇ ਸਾਡੇ ਵੀਰ ਬਾਈ ਨੂੰ ਪਸੰਦ ਆਈ ਹੋਵੇ, ਸਾਡਾ ਰਾਬਤਾ ਨੰਬਰ ਹੈ 0309-7575-804, ਇਸ ਨੰਬਰ 'ਤੇ ਵਟਸਐਪ ਬਣੀ ਹੋਈ ਹੈ, 0309-7575-804, ਇਸ ਨੰਬਰ 'ਤੇ ਵਟਸਐਪ ਬਣੀ ਹੋਈ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਸਾਡੇ ਦੋਸਤਾਂ ਨੂੰ ਬੇਹੱਦ ਪਸੰਦ ਆਈ ਹੋਵੇਗੀ। ਅਗਰ ਵੀਡੀਓ ਪਸੰਦ ਆਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਨੀ ਹੈ। ਮਿਲਾਂਗੇ ਕੱਚੀ ਵੀਡੀਓ ਦੇ ਨਾਲ, ਆਪਣੇ ਮੇਜ਼ਬਾਨ ਸ਼ਬੀਰ ਅਹਿਮਦ, ਇਜਾਜ਼ਤ, ਅੱਲਾ ਹਾਫਿਜ਼।